ਸੱਚੀ ਗੱਲ ਮੈਂ ਜਸਪ੍ਰੀਤ ਤੇ ਤੁਸੀਂ ਦੇਖ ਰਹੇ ਹੋ ਜਿੰਦਾਬਾਦ ਚੈਨਲ ਕਰਤਾਰਪੁਰ ਕੋਰੀਡੋਰ ਖੁੱਲਣ ਤੋਂ ਬਾਅਦ ਜਿਥੇ ਸਿੱਖ ਪਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਨੂੰ ਸਮਰਪਿਤ ਕਾਫੀ ਸਾਰੇ ਜਥੇ ਨੇ ਜਿਹੜੇ ਉਹ ਅੱਜ ਨਨਕਾਣਾ ਸਾਹਿਬ ਵੱਲ ਨੂੰ ਰਵਾਨਾ ਹੋ ਚੁੱਕੇ ਨੇ ਜਿੱਥੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਪਿਆਰ ਸਤਿਕਾਰ ਅਤੇ ਮਾਨ ਨਾਲ ਸਨਮਾਨਿਤ ਕਰ ਕਰਕੇ ਉਹਨਾਂ ਨੂੰ ਦਰਵਾਣਾ ਕੀਤਾ ਜਾ ਰਿਹਾ ਹੈ ਉੱਥੇ ਹੀ ਦੱਸਦੇ ਕਿ 855 ਸ਼ਰਧਾਲੂਆਂ ਨੂੰ ਵੀਜ਼ੇ ਮਿਲ ਚੁੱਕੇ ਨੇ ਵੀਜ਼ੇ ਲੱਗ ਚੁੱਕੇ ਨੇ ਅਤੇ ਉਹ ਉਸ ਜਥੇ ਦੇ ਨਾਲ ਰਵਾਨਾ ਹੋ ਚੁੱਕੇ ਨੇ ਉਹਨਾਂ ਨੂੰ ਨਨਕਾਣਾ ਸਾਹਿਬ ਦੇ ਜਿਹੜੇ ਦਰਸ਼ਨਾਂ ਦੇ ਲਈ ਉਹ ਗਏ ਨੇ ਉਹ ਪ੍ਰਵਾਨ ਹੋ ਜਾਣੇ ਨੇ ਉਹਨਾਂ ਨੂੰ ਦਰਸ਼ਨਾਂ ਦੀ ਪ੍ਰਾਪਤੀ ਹੋ ਜਾਣੀ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸੀਗਾ ਜਿਹੜਾ ਨਨਕਾਣਾ ਸਾਹਿਬ ਵਿੱਚ ਹੋਇਆ ਸੀਗਾ ਦੱਸਦੇ ਸਿੱਖ ਭਾਈਚਾਰੇ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਕੋਰੀਡੋਰ ਖੁੱਲਣ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਵੀਜ਼ੇ ਮਿਲ ਰਹੇ ਨੇ ਜਥੇ ਰਵਾਨਾ ਹੋ ਰਹੇ ਨੇ ਕਰੋਨਾ ਕਾਲ ਤੋਂ ਵਿੱਚ ਜਿੱਥੇ ਲੋਕਾਂ ਨੇ ਕਾਫੀ ਸਾਰੇ ਹਰ ਇੱਕ ਧਰਮ ਦੇ ਵਿੱਚ ਤਿਉਹਾਰ ਨੇ ਜਿਹੜੇ ਆਪਣੇ ਆਪਣੇ ਧਰਮ ਦੇ ਨਾਲ ਜੁੜੇ ਹੋਏ ਰਿਲੇਟਿਡ ਸੀਗੇ ਜਿਹੜੇ ਉਹ ਸਾਰੇ ਤਿਉਹਾਰ ਛੱਡ ਦਿੱਤੇ ਸੀਗੇ ਜਾਂ ਫਿਰ ਕਹਿ ਦਈਏ ਮਨੋਂ ਵਾਜੋ ਜੋ ਉਹਨਾਂ ਦਾ ਇੱਕ ਸੰਕਲਪ ਰਹਿ ਗਿਆ ਸੀਗਾ ਉਹ ਇਸ ਵਾਰ ਜਿਹੜਾ ਪੂਰਾ ਹੋ ਰਿਹਾ ਲੋਕਾਂ 'ਚ ਬਹੁਤ ਜ਼ਿਆਦਾ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਅਟਾਰੀ ਬਾਗਾ ਬਾਰਡਰ ਸਰਹੱਦ ਤੋਂ ਪਾਕਿਸਤਾਨ ਜਾ ਰਹੇ ਨੇ ਸਾਰੇ ਜਥੇ ਜੋ ਸ਼੍ਰੋਮਣੀ ਕਮੇਟੀ ਵੱਲੋਂ ਰਵਾਨਾ ਕੀਤੇ ਜਾ ਰਹੇ ਨੇ ਪਹਿਲਾ ਹੀ ਮੈਂ ਦੱਸ ਚੁੱਕਿਆ ਕਿ 855 ਸ਼ਰਧਾਲੂਆਂ ਨੂੰ ਵੀਜ਼ੇ ਮਿਲ ਚੁੱਕੇ ਨੇ ਬਹੁਤ ਹੀ ਖੁਸ਼ੀ ਦੀ ਲਹਿਰ ਫੈਲ ਰਹੀ ਹੈ ਉਹਨਾਂ ਦੇ ਵਿੱਚ ਕਿਉਂਕਿ ਨਨਕਾਣਾ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਜਨਮ ਹੋਇਆ ਸੀਗਾ ਉੱਥੇ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਪ੍ਰਾਪਤੀ ਹੋਊਗੀ ਅਤੇ ਸ਼੍ਰੋਮਣੀ ਕਮੇਟੀ ਨੂੰ ਜਥੇ ਨੂੰ ਬੜੇ ਹੀ ਸਨਮਾਨ ਅਤੇ ਪਿਆਰ ਸਤਿਕਾਰ ਨਾਲ ਰਵਾਨਾ ਕਰਕੇ ਭੇਜ ਰਹੇ ਨੇ ਹੋਰ ਵੀ ਇੱਕ ਗੱਲ ਦੱਸ ਦਈਏ ਕਿ 26 ਨਵੰਬਰ 26 ਨਵੰਬਰ ਨੂੰ ਸਾਰੇ ਗੁਰਦੁਆਮਾ ਦੇ ਦਰਸ਼ਨ ਵਾਪਸ ਪਰਤਨਗੇ ਇਹ ਸਾਰੇ ਜਥੇ ਸ਼੍ਰੋਮਣੀ ਕਮੇਟੀ ਵੱਲੋਂ ਜਥੇ ਲਈ ਕੀਤੇ ਗਏ ਸਾਰੇ ਪ੍ਰਬੰਧ ਨੇ ਉਹ ਸਾਰੇ ਪ੍ਰਬੰਧ ਨੇ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਨੇ ਜੀਪੀਸੀ ਵੱਲੋਂ ਕੀਤੇ ਗਏ ਨੇ ਸ ਆਨੰਕ ਲੇਵਾ ਜਿਹੜੀ ਸੰਗਤ ਹੈ ਨਾਨਕ ਨਾਮ ਲੇਵਾ ਸੰਗਤ ਗੁਰੂ ਧਾਮਾਂ ਦੇ ਦਰਸ਼ਨ ਲਈ ਬਾਗਾਸਰਾਦ ਤੋਂ ਰਵਾਨਾ ਹੋਈ ਹੈ ਜਿਹੜੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਬਾਗਾ ਜੇ ਅਟਾਰੀ ਬਾਰਡਰ ਤੋਂ ਜਿਹੜੇ ਇਹ ਸਾਰੇ ਜਥੇ ਰਵਾਨਾ ਹੋਏ ਨੇ ਸੰਗਤਾਂ ਵੱਲੋਂ ਪੰਜਾਬ ਸਰਕਾਰ ਦਾ ਵੜਾਈ ਧੰਨਵਾਦ ਕੀਤਾ ਜਾ ਰਿਹਾ ਹੈ ਕੋਟਕੁੜੀ ਪ੍ਰਣਾਮ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਵੱਲੋਂ ਨਾਨਕ ਸਾਹਿਬ ਦੇ ਜਿਹੜਾ ਜਨਮ ਦਿਨ ਗੁਰਪੁਰਬ ਤੇ ਉਹਨਾਂ ਨੂੰ ਉੱਥੇ ਜਾ ਕੇ ਦਰਸ਼ਨਾ ਦੀ ਪ੍ਰਾਪਤੀ ਹੋਣੀ ਹੈ ਅੱਜ ਦੀ ਹੋਰ ਅਪਡੇਟਸ ਵੀ ਤੁਹਾਨੂੰ ਦਿੰਦੇ ਰਹਿਵਾਂਗੇ ਮੈਂ ਜਸਪ੍ਰੀਤ ਕੈਮਰਾਮੈਨ ਦੀਪ ਦੇ ਨਾਲ دیکھتے ਰਹੋ ਜਿੰਦਾਬਾਦ ਚੈਨਲ